ਕਿਸਾਨਾਂ ਨੇ ਸ਼ੰਭੂ ਰੇਲਵੇ ਟਰੈਕ ਤੋਂ ਅੱਜ ਹੀ ਧਰਨਾ ਚੁੱਕਣ ਦਾ ਫੈਸਲਾ ਲੈ ਲਿਆ, ਜਦੋਂ ਕਿ ਸੜਕ ਤੇ ਧਰਨਾ ਜਾਰੀ ਰਹੇਗਾ। ਅੱਜ ਸ਼ਾਮ ਤੱਕ ਸ਼ੰਭੂ ਰੇਲਵੇ ਟਰੈਕ ਖਾਲੀ ਕਰਨ ਦਾ ਨਿਰਣਾ ਕੀਤਾ ਗਿਆ। ਦੱਸਿਆ ਗਿਆ ਕਿ 22 ਮਈ ਨੂੰ ਮੌਜੂਦਾ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋ ਰਹੇ ਨੇ। ਇਸ ਬਾਬਤ ਸ਼ੰਭੂ ਨੈਸ਼ਨਲ ਹਾਈਵੇ ਤੇ ਵੱਡਾ ਇਕੱਠ ਕੀਤਾ ਜਾਏਗਾ, ਜਿਸ ਦੇ ਵਿੱਚ 50,000 ਤੋਂ ਵੱਧ ਕਿਸਾਨ ਸ਼ਮੂਲੀਅਤ ਕਰਨਗੇ। ਇਸ ਦੇ ਨਾਲ ਹੀ 22 ਮਈ ਨੂੰ ਰਾਜਸਥਾਨ ਦੇ ਖਨੌਰੀ, ਡੱਬਵਾਲੀ, ਰਤਨਪੁਰ 'ਚ ਵੀ ਕਿਸਾਨਾਂ ਵੱਲੋਂ ਵਿਸ਼ੇਸ਼ ਸਮਾਗਮ ਕੀਤੇ ਜਾਣੇ ਨੇ ਤੇ ਅਗਲੀ ਰਣਨੀਤੀ ਵੀ ਤੈਅ ਕੀਤੀ ਜਾਏਗੀ। ਪਰ ਹੁਣ ਫੈਸਲਾ ਲਿਆ ਗਿਆ ਕਿ ਸ਼ੰਭੂ ਰੇਲਵੇ ਟਰੈਕ ਤੋਂ ਧਰਨਾ ਚੁੱਕ ਲਿਆ ਜਾਏਗਾ। ਕਿਸਾਨ ਪਿਛਲੇ ਮਹੀਨੇ ਤੋਂ ਹੀ ਸ਼ੰਭੂ ਰੇਲਵੇ ਟਰੈਕ ਤੇ ਬੈਠੇ ਹੋਏ ਨੇ। ਉਹ ਹਰਿਆਣਾ ਦੇ ਵਿੱਚ ਗ੍ਰਿਫਤਾਰ ਆਪਣੇ ਸਾਥੀਆਂ ਦੀ ਰਿਹਾਈ ਚਾਹੁੰਦੇ ਸਨ, ਇਸੇ ਲਈ ਰੇਲਵੇ ਟਰੈਕ ਤੇ ਧਰਨਾ ਲਾਇਆ ਸੀ। ਜਦੋਂ ਕਿ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ ਤੇ ਧਰਨਾ ਲਗਾਤਾਰ ਚੱਲ ਰਿਹਾ। ਉਹਨਾਂ ਦੀ ਰਿਹਾਈ ਦੀ ਖਾਤਰ ਟ੍ਰੇਨ ਰੋਕੀ ਸੀ। ਉਹਨਾਂ ਦੀ ਰਿਹਾਈ ਦਾ ਮੁੱਦਾ ਅਸੀਂ ਕੋਈ ਛੱਡਿਆ ਨਹੀਂ। ਉਹਨਾਂ ਦੀ ਰਿਹਾਈ ਕਰਾਉਣ ਦੀ ਖਾਤਰ ਅਸੀਂ ਸੰਘਰਸ਼ ਜਿਉਂਦੀ ਤਰ੍ਹਾਂ ਕਰਦੇ ਰਹਾਂਗੇ। ਜਿਹੜਾ ਆਉਣ ਵਾਲੇ ਆਹ ਜਿਹੜਾ ਅਸੀਂ ਪ੍ਰੋਗਰਾਮ ਦਿੱਤਾ, ਮੈਂ ਸਮਝ ਲਓ ਵੀ ਅਸੀਂ ਉਹਦਾ ਮੁੱਦਾ ਨਹੀਂ ਛੱਡਿਆ। ਜਿਹੜਾ ਉਹਦੇ ਘੋਲ ਦੀ ਸ਼ਕਲ ਹੈ ਟ੍ਰੇਨ ਦੀ ਬਜਾਏ ਵੀ, ਜਿਹੜਾ ਬੀਜੇਪੀ ਦੇ ਲੀਡਰਾਂ ਦੇ ਵਿਰੋਧ ਰਾਹੀਂ ਅਸੀਂ ਹਰਿਆਣੇ ਦੇ ਵਿੱਚ ਵੀ ਦੂਜੀਆਂ ਸਟੇਟਾਂ ਦੇ ਵਿੱਚ ਉਹਨਾਂ ਦੀ ਰਿਹਾਈ ਦੀ ਖਾਤਰ ਲੜਦੇ ਰਹਾਂਗੇ। ਸੌਵੇਂ ਦਿਨ ਵੱਡੇ ਚਾਰੇ ਬਾਰਡਰਾਂ ਤੇ ਪੰਜੇ ਬਾਰਡਰਾਂ ਤੇ ਸ਼ੰਭੂ, ਖਨੌਰੀ, ਡੱਬਵਾਲੀ ਤੇ ਜਿਹੜਾ ਰਤਨਪੁਰਾ ਹੈਗਾ, ਉੱਥੇ ਵੱਡੇ ਇਕੱਠ ਹੋ ਰਹੇ ਹੈ। 10,000 ਦੀ ਗਿਣਤੀ ਦੇ ਵਿੱਚ ਇਕੱਠ ਹੋ ਰਹੇ ਹੈ। ਸੋ ਉਹ ਇਕੱਠਾਂ ਦੇ ਵਿੱਚ ਜਿਹੜਾ 100 ਦਿਨ ਪੂਰੇ ਹੋਣ ਤੇ ਅਸੀਂ ਮੋਰਚੇ ਦਾ ਉਹ ਦਿਨ ਮਨਾ ਰਹੇ ਹੈ, ਉਸ ਦਿਨ ਇਹਦਾ ਐਲਾਨ ਕੀਤਾ ਜਾਊਗਾ। ਤਰੀਕ ਦਾ ਐਲਾਨ ਵੀ ਉਸ ਦਿਨ ਕੀਤਾ ਜਾਊ ਤੇ ਜਿਹੜਾ ਅਗਲਾ ਜਿਹੜਾ ਹੈਗਾ ਕਿੰਨਾ ਸਮਾਂ ਲਈ ਬੈਠਣਾ ਉਹਦਾ, ਉਹਨਾਂ ਦੇ ਬੀਜੇਪੀ ਦੇ ਲੀਡਰਾਂ ਦੇ ਘਰ ਆ ਕੇ ਉਹਦਾ ਐਲਾਨ ਵੀ 22 ਤਰੀਕ ਨੂੰ ਕੀਤਾ ਜਾਊ।